ਤੈਨੂੰ ਕੋਈ ਜਵਾਬ ਦੇਣੀ ਹੈਗਾ ਸਰ ਮੈਂ ਹੀ ਆ ਸਰ ਤੁਹਾਨੂੰ ਦੇਣਾ ਪੈਣਾ ਹੈ ਜਵਾਬ ਇਹਨੂੰ ਬਾਹਰ ਕੱਢੋ ਜੀ ਦਫ਼ਤਰ ਸਰ ਤੁਹਾਨੂੰ ਜਵਾਬ ਦੇਣਾ ਪੈਣਾ ਹੈ ਕੱਢੋ ਮੈਡਮ ਮੇਰੀ ਗੱਲ ਸੁਣੋ ਸਰ ਬਾਹਰ ਸਰ ਮੇਰੀ ਗੱਲ ਸੁਣੋ ਆਰਾਮ ਨਾਲ ਹੀ ਮੈਂ ਚਲਵਾ ਜਾ ਚਲਵਾ ਜਾ ਕਰਦੀ ਪਈਆਂ ਬਿਲਕੁਲ ਕਮਲ ਬਦਤਮੀ ਜੋ ਆ ਸਭ ਲੋਕ ਮੈਂ ਜਲੰਧਰੋਂ ਆਨੀ ਆ ਸੈਕੰਡ ਟਾਈਮ ਮੈਂ ਤੁਹਾਡੇ ਨਾਲ ਮੀਟਿੰਗ ਕਰਨ ਲਈ ਆ ਮੇਰਾ ਪਰਪਸ ਸਿਰਫ ਇਹ ਹੁੰਦਾ ਹੈ ਸਰ ਕਿ ਤੁਸੀਂ ਮੈਨੂੰ ਜੋ ਵੀ ਬਤਾ ਰਹੇ ਹੋ ਜਸਟ ਯੋਰ ਸਰ ਡਿਊਟੀ ਹੈ ਠੀਕ ਹੈ ਤੁਸੀਂ ਕਰ ਰਹੇ ਹੋ ਆਪ ਤੁਸੀਂ ਮੈਨੂੰ ਦੱਸ ਰਹੇ ਹੋ ਠੀਕ ਹੈ ਤੁਸੀਂ ਮਤਲਬ ਕਲੀਅਰ ਕਰ ਰਹੇ ਹੋ ਕਿ ਤੁਸੀਂ ਕੀ ਕੀਤਾ ਹੈ ਬਟ ਮੈਂ ਟੋਪ 'ਚ ਆਉਂਦੀ ਹਾਂ ਮੈਂ ਇਹ ਮੇਰੀ ਜਿਹੜੀ ਥਿੰਕਿੰਗ ਹੈ ਨਾ ਮੈਂ ਇਸ ਲਈ ਆਉਂਦੀ ਹਾਂ ਕਿ ਉਹ ਜਿਹੜਾ ਕੰਮ ਉਹ ਕਰਕੇ ਗਿਆ ਹੈ ਠੀਕ ਹੈ ਜੀ ਜਿਹੜਾ ਕੰਮ ਉਹ ਕਰਕੇ ਗਿਆ ਹੈ ਸਰ ਹੋਰ ਕਿਸੇ ਨਾਲ ਨਾ ਹੋਵੇ ਮੇਰਾ ਮੇਰਾ ਮੋਟਿਵ ਮੇਰਾ ਪਰਪਸ ਸਿਰਫ ਇਹੀ ਹੁੰਦਾ ਹੈ ਠੀਕ ਹੈ ਹਾਂਜੀ ਮੈਂ ਸਿਰਫ ਇਹ ਸੁਣਨਾ ਚਾਹੁੰਦੀ ਹਾਂ ਕਿ ਤੁਸੀਂ ਉਹਨੂੰ ਜਲਦੀ ਤੋਂ ਜਲਦੀ ਪਲੀਜ਼ ਪਕੜ ਲਓ ਤਾਂ ਕਿ ਜਿਹੜਾ ਲਾਅ ਸਾਨੂੰ ਹੋ ਗਿਆ ਇਹਨਾਂ ਨੂੰ ਹੋ ਗਿਆ ਪਲੀਜ਼ ਹੋਰ ਕਿਸ ਹਾਂ ਪਲੀਜ਼ ਬਸ ਤੁਹਾਡਾ ਕੰਸਰਨ ਬਿਲਕੁਲ ਠੀਕ ਹਾਂ ਮੇਰਾ ਕੰਸਰਨ ਇਹੀ ਹੁੰਦਾ ਹੈ ਦੇਖੋ ਤੁਹਾਨੂੰ ਮੈਂ ਆਪਦਾ ਸਾਰਾ ਕੁਝ ਇਹ ਦੱਸਣ ਦਾ ਹੀ ਮੋਟਿਵ ਹੀ ਸੀ ਇਹਦੇ ਪਿੱਛੇ ਇਹਦਾ ਜੋ ਤੁਸੀਂ ਮੈਨੂੰ ਕੁਐਸਚਨ ਪੁੱਛ ਰਹੇ ਹੋ ਇਹਦਾ ਆਨਸਰ ਦਾ ਇਹੀ ਆਨਸਰ ਸੀ ਕਿਉਂ ਵੀ ਅੱਛਾ ਤੁਸੀਂ ਦੱਸੋ ਹੋਰ ਕਿਵੇਂ ਪੜੂਗੀ ਕੁਝ ਇੱਕੋ ਦੱਸੋ ਨਾ ਸਰ ਕਿਵੇਂ ਪੜੂਗੀ ਤੇ ਕੁਝ ਮੈਂ ਤੁਹਾਨੂੰ ਉਸ ਦਿਨ ਕਿਹਾ ਸੀ ਜੇ ਤੁਹਾਨੂੰ ਕਿਤੇ ਵੀ ਮੇਰੀ ਨੀਡ ਹੈ ਮੈਂ ਜਿੱਦਾਂ ਕਹੋਗੇ ਨੀਡ ਦੀ ਗੱਲ ਹੈ ਮੈਂ ਚੱਲੋ ਜੀ ਸਾਡੇ ਨਾਲ ਉੱਥੇ ਫਤਿਹਪੁਰ ਨੂੰ ਪਤਾ ਲੱਗ ਜੂਗਾ ਜੀ ਡੈਫੀਨਿਟਲੀ ਜੀ ਮੈਂ ਤੁਹਾਡੇ ਨਾਲ ਆ ਸਾਨੂੰ ਕੀ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਨੇ ਪੁਲਿਸ ਕੰਮ ਕਰ ਰਹੀ ਹੈ ਨਹੀਂ ਕਰ ਰਹੀ ਮੈਂ ਚਲੋ ਫੜੇ ਸਰ ਪੁਲਿਸ ਆਈ ਥਿੰਕ ਹੁੰਦੀ ਇਹਦੇ ਲਈ ਹੈ ਇਸੇ ਲਈ ਹੁੰਦੀ ਹੈ ਇਸ ਲਈ ਹੁੰਦੀ ਹੈ ਤੁਸੀਂ ਮੈਨੂੰ ਆ ਬਟ ਇਹ ਨਹੀਂ ਸਰ ਆਰਗੂ ਨਹੀਂ ਤਾਂ ਤੁਹਾਨੂੰ ਲੱਗਦਾ ਇਦਾਂ ਹੈ ਸਰ ਠੀਕ ਹੈ ਤੁਹਾਨੂੰ ਲੱਗਦਾ ਇਦਾਂ ਕਿਉਂਕਿ ਜਦੋਂ ਮੈਨੂੰ ਮੇਰੇ ਮੁਤਾਬਿਕ ਮੈਨੂੰ ਆਨਸਰ ਨਹੀਂ ਮਿਲਦਾ ਨਾ ਫਿਰ ਮੇਰਾ ਲੈਵਲ ਗੱਲ ਕਰਨ ਦਾ ਚੇਂਜ ਹੋ ਜਾਂਦਾ ਹੈ ਫਿਰ ਤੁਹਾਨੂੰ ਲੱਗਦਾ ਕਿ ਮੈਂ ਤੁਹਾਡੇ ਨਾਲ ਆਰਗੂ ਕਰ ਰਹੀ ਇਹ ਨਹੀਂ ਸਰ ਬੋਲਦੇ ਪਏ ਸੇਮ ਗੱਲ ਸਰ ਇਹ ਵੀ ਬੋਲਣਗੇ ਤੁਹਾਡੇ ਨਾਲ ਸਰ ਕਿਉਂ ਨਹੀਂ ਬੋਲਦੇ ਕਿਉਂ ਨਹੀਂ ਬੋਲਦੇ ਤੁਹਾਨੂੰ ਮੇਰੀ ਗੱਲ ਕਿਉਂ ਚੁੱਭਦੀ ਹੈ ਸਰ ਇਹ ਵੀ ਬੋਲਣਗੇ ਇਹਨਾਂ ਦੀ ਬੇਟੀ ਸੀਗੀ ਸਰ ਮੈਂ ਬਿਲਕੁਲ ਮੈਂ ਚੁੱਪ ਹੀ ਕਰ ਜਾਊਂਗੀ ਸਰ ਚੁੱਪ ਹੀ ਕਰ ਜਾਊਂਗੀ ਸਰ ਤੁਸੀਂ ਕਹਿ ਦੋ ਮੈਂ ਚੁੱਪ ਬਿਲਕੁਲ ਚੁੱਪ ਦੇਖੋ ਮੇਰੇ ਨਾਲ ਕਦੀ ਬਦਤਮੀਜ਼ੀ ਕਰ ਸਰ ਸਰ ਤੁਹਾਨੂੰ ਕਿਉਂ ਲੱਗ ਰਿਹਾ ਮੈਂ ਬਦਤਮੀਜ਼ੀ ਕਰ ਸਰ ਤੁਸੀਂ ਮੈਨੂੰ ਦੱਸੋ ਮੈਂ ਤੁਹਾਨੂੰ ਕੀ ਮੈਂ ਤੁਹਾਨੂੰ ਮਾੜਾ ਕੀ ਵਰਡ ਮੈਂ ਯੂਜ਼ ਕੀਤਾ ਸਰ ਤੁਸੀਂ ਜੀ ਆਪਦੀ ਐਨਜੀਓ ਦਾ ਨਾਮ ਦੱਸਿਓ ਜੀ ਕੀ ਸਰ ਮੇਰੀ ਐਨਜੀਓ ਦਾ ਨਾਮ ਕੁਝ ਵੀ ਨਹੀਂ ਹੈਗਾ ਮੇਰਾ ਨਾਮ ਨੇਹਾ ਹੈ ਠੀਕ ਹੈ ਤੁਸੀਂ ਮੈਨੂੰ ਆਪਣੇ ਦੱਸਦੇ ਹੋ ਨਾ ਹੁਣ ਵੀ ਸਰ ਨੇ ਮੈਨੂੰ ਦੱਸ ਦਿਨ ਕਿ ਆਇਆ ਹੁਣ ਵੀ ਭੈਣ ਜੀ ਸਰ ਹੁਣ ਵੀ ਸਰ ਨੇ ਮੈਨੂੰ ਦੱਸ ਦਿਨ ਕਿ ਆਇਆ ਇੱਕ ਸੈਕਿੰਡ ਸਰ ਪਲੀਜ਼ ਮੇਰੀ ਗੱਲ ਸੁਣ ਲਓ ਤੁਸੀਂ ਜਿੰਨਾ ਲੈਵਲ ਕਹੋਗੇ ਮੈਂ ਉਨਾ ਕੱਟ ਕਰ ਲਵਾਂਗੀ ਜਿੰਨਾ ਕੱਟ ਕਹੋਗੇ ਮੈਂ ਉਨਾ ਕੱਟ ਕਰ ਲਵਾਂਗੀ ਠੀਕ ਹੈ ਲੇਕਿਨ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਸਰ ਮੇਰੀ ਗੱਲ ਸੁਣੋ ਤੁਸੀਂ ਕਬੋ ਤੁਸੀਂ ਕਿੰਨੀ ਤੁਸੀਂ ਮੈਨੂੰ ਕਬੋ ਕਿ ਕੋਟ ਕਿਹੜੀ ਕਿੰਨੀ ਕਿੰਨੀ ਕੱਟ ਕਰ ਲਵਾਂ ਤੁਸੀਂ ਗੱਲ ਕਿਵੇਂ ਕਰਦੇ ਨੀ ਮੇਰੇ ਨਾਲ ਤੁਸੀਂ ਦੱਸੋ ਕਿੰਨੀ ਕੱਟ ਕਰ ਲਵਾਂ ਤੁਸੀਂ ਆਰਾਮ ਨਾਲ ਗੱਲ ਕਰੋ ਮੇਰੀ ਗੱਲ ਸੁਣੋ ਤੁਹਾਨੂੰ ਸਾਰੀ ਸਰ ਮੇਰੀ ਗੱਲ ਸੁਣੋ ਓ ਲੇਡੀ ਕੋਰਸ ਬੁਲਾਇਆ ਜਾਂਦਾ ਤੁਹਾਨੂੰ ਇਹ ਸਾਰੀ ਗੱਲ ਸਮਝਾ ਮੈਂ ਦੱਸਾਂ ਨਹੀਂ ਬੁਲਾਇਆ ਨਹੀਂ ਨਹੀਂ ਸਰ ਤੁਸੀਂ ਦੱਸ ਦਿਨ ਕਿ ਆਸੀ ਨਾ ਤੁਸੀਂ ਦੱਸ ਦਿਨ ਪਲੀਜ਼ ਦੱਸ ਦਿਨ ਹੋ ਗਏ ਨਾ ਸਰ ਮੈਨੂੰ ਤੁਸੀਂ ਕੁੱਟ ਲਓ ਸਰ ਕੁੱਟ ਲਓ ਸਰ ਬਾਹਰ ਆ ਜਾਓ ਕੁੱਟ ਲਓ ਬਕਵਾਸ ਮੈਂ